आज देखो प्रभु ने अपने चरणा च बिठाया, चरणा च कौन बैठ सकता है? नंदी। तो बाबे ने नाम की पाया नंदी, कि शिवलिंग तो बहना है और 5 घंटे लाने हैं, तो मैं अपनी मर्जी ना कुछ नहीं कर रहा, प्रभु करा रहा है। और देखो प्रभु ने मैनू एक राधा स्वामी फैमिली चो कट के ते अपने चरणा च लाया है, और प्रभु ने इस लायक बनाया है कि दुनिया नू प्रेरणा दे, प्रभु आप दे रहा है। देखो कि कल नास्तिक सी, अज आस्तिक, और प्रभु ने अपने चरणा च ला के अपनी सेवा च लाया है। समझे, जिहड़ा शिंगार हो रहा है, मैं शिंगार का कोई पैसा नहीं लैंदा, हुण शिंगार भी प्रभु की अग्गे नाल ही हुंदा, प्रभु आप ही करता, आप ही करांदा, क्योंकि मैं तो कभी किया नहीं है, मैनू पता ही नहीं सी शिंगार की चीज़ है जी। बाबे ने आप ही बुलाया, आप ही शिंगार कराया। ਕਦੋਂ ਸ਼ੁਰੂਆਤ ਕੀਤੀ ਸੀ ਤੁਸੀਂ? ਮੇਰੀ 2013 'ਚ ਸ਼ੁਰੂਆਤ ਹੋਈ ਸੀ ਜੀ, ਤੇ 2013 ਤੋਂ ਲੈ ਕੇ ਅੱਜ 2023 ਹੋ ਗਏ, ਤੇ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਜਿੱਥੇ ਪ੍ਰਭੂ ਨੇ ਨਹੀਂ ਆਪਣਾ ਬੁਲਾਇਆ ਹੋਵੇ, ਉੱਥੇ ਨਹੀਂ ਸ਼ਿੰਗਾਰ ਕਰਾਇਆ ਹੋਵੇ, ਕੋਈ ਐਸੀ ਜਗ੍ਹਾ ਹੈ ਹੀ ਨਹੀਂ। ਅੱਛਾ, ਕਿੰਨੀ ਕੁ ਖੁਸ਼ੀ ਹੁੰਦੀ ਹੈ ਇਹ ਸੇਵਾ ਕਰਕੇ? ਮੈਨੂੰ ਮੈਂ ਤੁਹਾਨੂੰ ਜ਼ਾਹਿਰ ਨਹੀਂ ਕਰ ਸਕਦਾ ਕਿ ਪ੍ਰਭੂ ਨੇ ਮੇਰੇ 'ਤੇ ਜਿਹੜੀ ਕਿਰਪਾ ਕੀਤੀ ਹੈ, ਜੇ ਪ੍ਰਭੂ ਨੂੰ ਮੈਂ ਕਹਿਣਾ ਪ੍ਰਭੂ ਮੈਂ ਬੜਾ ਕਿਸਮਤ ਵਾਲਾ, ਮੈਂ ਪਤਾ ਨਹੀਂ ਕਿਹੜੇ ਪੁੰਨਿਆ ਕਰਮ ਕੀਤੇ ਹੋਣੇ ਜਿਹੜੇ ਤੁਸੀਂ ਮੈਨੂੰ ਆਪਣੇ ਚੰਨਾ 'ਚ ਲਾ ਲਿਆ ਔਰ ਦੁਨੀਆ ਦੇ ਭਲੇ 'ਚ ਮੈਨੂੰ ਬਿਠਾ ਲਿਆ। ਜਿਹੜਾ ਸ਼ਿੰਗਾਰ ਹੈਗਾ ਮਹਾਂਕਾਲ ਜੀ ਦਾ, ਇਹ ਸ਼ਿੰਗਾਰ ਮਹਾਂਕਾਲ ਜੀ ਆਪਣੇ ਆਪ ਹੀ ਆਪਣੇ ਰੂਪਾਂ 'ਚ ਆਉਂਦੇ ਆ, ਇਹ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਬਾਬਾ ਕਿਸ ਰੂਪ 'ਚ ਆ ਰਿਹਾ। ਪਹਿਲਾਂ ਦੱਸਣਾ ਚਾਹੁੰਦਾ ਇਹ ਜਿਹੜਾ ਸ਼ਿੰਗਾਰ ਨਹੀਂ, ਇਹ ਮਹਾਂਕਾਲ ਵਿਰਾਜਮਾਨ ਹੋ ਰਹੇ ਆ, ਔਰ ਮਹਾਂਕਾਲ ਜੀ ਕਿਸ ਰੂਪਾਂ 'ਚ ਆਉਣਾ, ਕਿਉਂਕਿ ਮਹਾਂਕਾਲ ਜੀ ਦੇ ਅਨੇਕੋ ਹੀ ਰੂਪ ਹੈ, ਸ਼ਿਵ ਦੇ ਅਨੇਕੋ ਹੀ ਰੂਪ ਹੈ, ਕਿਉਂਕਿ ਬਾਬਾ ਜੀ ਹਰ ਦਿਨ ਹਰ ਸੋਮਵਾਰ ਨੂੰ ਅਲੱਗ ਅਲੱਗ ਰੂਪਾਂ 'ਚ ਹੀ ਵਿਰਾਜਮਾਨ ਹੋਏ। ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਸ਼ਿੰਗਾਰ ਜਾਂ ਬਾਬਾ ਜੀ ਮਹਾਂਕਾਲ ਵਿਰਾਜਮਾਨ ਹੋ ਰਹੇ ਆ, ਔਰ ਆਪਣੀ ਮਰਜ਼ੀ ਨਾਲ ਆਪਣੇ ਰੂਪ ਦੇ ਵਿੱਚ ਹੀ ਆ ਰਿਹਾ, ਕਿਉਂਕਿ ਇਹ ਕਾਪੀਰਾਈਟ ਨਹੀਂ ਹੁੰਦਾ, ਇਹ ਜੋ ਵੀ ਹੈ ਬਾਬੇ ਦੀ ਮਰਜ਼ੀ ਨਾਲ ਹੀ ਹੁੰਦਾ। ਇਹ ਕੀ ਰੂਪ ਆਉਣਾ, ਕੀ ਕਿੱਦਾਂ ਆਉਣਾ, ਕਿਸੇ ਨੂੰ ਅੱਜ ਤੱਕ ਨਹੀਂ ਸਮਝ ਆਇਆ। ਕਿੰਨੇ ਸਾਲਾਂ ਤੋਂ ਤੁਸੀਂ ਇਹ ਸ਼ਿੰਗਾਰ ਜਿਹੜਾ ਕਰ ਰਹੇ ਹੋ? ਸ਼ਿੰਗਾਰ ਪਿਛਲੇ 10 ਸਾਲਾਂ ਤੋਂ ਹੋ ਰਿਹਾ ਹੈ, ਅਤੇ ਜਿਹੜੀ ਆਪਾਂ ਜਗ੍ਹਾ ਬੈਠੇ ਹਾਂ ਇਹ ਸ਼ਮਸ਼ਾਨ ਘਾਟ, ਇੱਥੇ ਪਿਛਲੇ 7 ਸਾਲਾਂ ਤੋਂ ਸ਼ਿੰਗਾਰ ਦੀ ਸੇਵਾ ਲੱਗੀ ਹੈ। ਸ਼ਿੰਗਾਰ ਦੀ ਸੇਵਾ? ਹਾਂਜੀ ਹਾਂਜੀ। ਤੁਸੀਂ ਜਿਹੜੇ ਸੇਵਾ ਕਰ ਰਹੇ ਹੋ ਇਹ ਮਤਲਬ ਕਿਸੇ ਲਾਲਚ ਦੇ ਵਿੱਚ ਕਰ ਰਹੇ ਹੋ ਜਾਂ ਫਿਰ ਆਪਣੇ ਆਪ ਹੀ ਮਨ ਦੇ ਵਿੱਚ ਛੱਡਦਾ ਹੈ? ਉਹ ਜਿਹੜੀ ਸੇਵਾ ਹੁੰਦੀ ਹੈ ਉਹ ਕਹਿੰਦਾ ਮਤਲਬ ਸੇਵਾ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ, ਜੇ ਤੁਸੀਂ ਲਾਲਚ ਕਰੋਗੇ ਤਾਂ ਉਹ ਕਦੀ ਸੇਵਾ ਕਦੀ ਸਫਲ ਨਹੀਂ ਹੁੰਦੀ। ਹੁਣ ਦੇਖੋ ਨਿਰਸ ਭਾਵ, ਠੀਕ ਹੈ, ਹੁਣ ਜਿਹੜੀ ਇਹ ਤਾਂ ਸਿਰਫ ਆਉਂਦਾ ਤੁਹਾਡੀ ਭਾਵਨਾ ਕਿਸ ਹਿਸਾਬ ਦੀ ਹੈ, ਉਸ ਹਿਸਾਬ ਨਾਲ ਬਾਬਾ ਕਹਿੰਦਾ ਭਾਵ ਦੇਖਦਾ ਤੁਹਾਡੇ ਕਿਸ ਹਿਸਾਬ ਦੇ ਭਾਵਨਾ ਹੈ, ਉਸ ਹਿਸਾਬ ਨਾਲ ਪ੍ਰਭੂ ਆਉਂਦਾ। ਅੱਜ ਦੇਖੋ ਪ੍ਰਭੂ ਨੇ ਆਪਣੇ ਚਰਨਾਂ 'ਚ ਬਿਠਾਇਆ, ਚਰਨਾਂ 'ਚ ਕੌਣ ਬਹਿ ਸਕਦਾ? ਨੰਦੀ। ਅਤੇ ਬਾਬੇ ਨੇ ਨਾਮ ਕੀ ਪਾਇਆ? ਨੰਦੀ, ਕਿ ਸ਼ਿਵਲਿੰਗ 'ਤੇ ਉਹ ਬਹਿਣਾ ਹੈ ਔਰ 5 ਘੰਟੇ ਲਾਣੇ ਆ, ਅਤੇ ਮੈਂ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਰਿਹਾ, ਪ੍ਰਭੂ ਕਰਾ ਰਿਹਾ। ਔਰ ਦੇਖੋ ਪ੍ਰਭੂ ਨੇ ਮੈਨੂੰ ਇੱਕ ਰਾਧਾ ਸੋਮੀ ਫੈਮਿਲੀ 'ਚੋਂ ਕੱਢ ਕੇ ਅਤੇ ਆਪਣੇ ਚਰਨਾਂ 'ਚ ਲਾਇਆ, ਔਰ ਪ੍ਰਭੂ ਨੇ ਇਸ ਲਾਇਕ ਬਣਾਇਆ ਕਿ ਦੁਨੀਆ ਨੂੰ ਪ੍ਰੇਰਣਾ ਦੇ, ਪ੍ਰਭੂ ਆਪ ਦੇ ਰਿਹਾ। ਦੇਖੋ ਕਿ ਕੱਲ੍ਹ ਨਾਸਤਿਕ ਸੀ, ਅੱਜ ਆਸਤਿਕ, ਉਹ ਪ੍ਰਭੂ ਨੇ ਆਪਣੇ ਚਰਨਾਂ 'ਚ ਲਾ ਕੇ ਆਪਣੀ ਸੇਵਾ 'ਚ ਲਾਇਆ, ਔਰ ਸੇਵਾ ਦੇ ਨਾਲ ਨਾਲ ਸ਼ਿੰਗਾਰ ਦੀ ਸੇਵਾ ਤੋਂ ਇਲਾਵਾ ਬਾਬੇ ਨੇ ਧੂਣੇ ਦੀ ਸੇਵਾ ਬਖਸ਼ਤੀ, ਉਹ ਵੀ ਕਦੇ ਸੋਚਿਆ ਨਹੀਂ ਸੀ, ਉਹ ਵੀ ਭਲੇ ਦਾ ਕੰਮ, ਕਿਉਂ ਜੋ ਮੇਰੇ 'ਚ ਕੋਈ ਲਾਲਚ ਹੋਵੇ ਬਾਬਾ ਮੈਨੂੰ ਸੇਵਾ ਕਿਉਂ ਬਖਸ਼ੇ ਜੀ। ਸਮਝੇ, ਜਿਹੜਾ ਸ਼ਿੰਗਾਰ ਹੋ ਰਿਹਾ ਮੈਂ ਸ਼ਿੰਗਾਰ ਦਾ ਕੋਈ ਪੈਸਾ ਨਹੀਂ ਲੈਂਦਾ, ਹੁਣ ਸ਼ਿੰਗਾਰ ਵੀ ਪ੍ਰਭੂ ਦੀ ਅੱਗੇ ਨਾਲ ਹੀ ਹੁੰਦਾ, ਪ੍ਰਭੂ ਆਪ ਹੀ ਕਰਦਾ, ਆਪ ਹੀ ਕਰਾਉਂਦਾ, ਕਿਉਂਕਿ ਮੈਂ ਤਾਂ ਕਦੀ ਕੀਤਾ ਨਹੀਂ ਹੈ, ਮੈਨੂੰ ਪਤਾ ਹੀ ਨਹੀਂ ਸੀ ਸ਼ਿੰਗਾਰ ਕੀ ਚੀਜ਼ ਹੈ ਜੀ। ਬਾਬੇ ਨੇ ਆਪ ਹੀ ਬੁਲਾਇਆ, ਆਪ ਹੀ ਸ਼ਿੰਗਾਰ ਕਰਾਇਆ, ਉਹ ਆਪ ਹੀ ਇੱਥੇ ਇਸ ਸ਼ਮਸ਼ਾਨ ਧਰਤੀ 'ਤੇ ਇੱਕ ਕਹਿੰਦਾ ਮਤਲਬ ਇੱਕ ਸੁਸਾਇਟੀ ਦਾ ਨਿਰਮਾਣ ਵੀ ਪ੍ਰਭੂ ਨੇ ਕਰਵਾਇਆ। ਉਸ ਸੁਸਾਇਟੀ ਦਾ ਨਾਮ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਔਰ ਸ਼੍ਰੀ ਮਹਾਕਾਲ ਸੇਵਾ ਸੁਸਾਇਟੀ, ਉਹ ਦੋਨੋਂ ਹੀ ਸੁਸਾਇਟੀ ਇੱਕੋ ਹੀ ਹੈ, ਔਰ ਪ੍ਰਭੂ ਨੇ ਇਹ ਆਪ ਹੀ ਬਣਾਈ ਹੈ, ਕਿਉਂਕਿ ਕਲਯੁੱਗ ਦੇ ਪ੍ਰਧਾਨ ਭੋਲੇਨਾਥ ਆਪ ਹੈਗੇ ਆ, ਅਤੇ ਔਰ ਸ੍ਰਿਸ਼ਟੀ ਜਿਹੜੀ ਧਰਤੀ ਹੈਗੀ ਹੈ, ਧਰਤੀ ਨੂੰ ਅਤੇ ਨੰਦੀ ਦੇ ਸਿੰਘਾਂ 'ਤੇ ਟਿੱਕੀ ਹੋਈ ਹੈ, ਟਿੱਕੀ ਹੋਈ ਨਹੀਂ ਟਿੱਕੀ ਜੀ, ਅਤੇ ਫਿਰ ਪ੍ਰਭੂ ਆਪ ਕਲਯੁੱਗ ਦਾ ਪ੍ਰਧਾਨ ਹੈ, ਅਤੇ ਪ੍ਰਧਾਨ ਜੀ ਦੀ ਆ ਸਾਰਾ ਕੁਝ, ਸੁਸਾਇਟੀ ਵੀ ਪ੍ਰਧਾਨ ਜੀ ਦੀ ਹੈ, ਔਰ ਪ੍ਰਧਾਨ ਜੀ ਦੇ ਕੋਲ ਹੀ ਅਸੀਂ ਬੈਠੇ ਹਾਂ, ਤੁਸੀਂ ਵੀ ਅਸੀਂ ਪ੍ਰਧਾਨ ਸ੍ਰਿਸ਼ਟੀ ਪ੍ਰਧਾਨ ਦੇ ਕੋਲ ਬੈਠੇ ਹਾਂ ਕਿ ਸ਼ਿਵ ਇੱਕ ਸ੍ਰਿਸ਼ਟੀ ਪ੍ਰਧਾਨ ਹੈ, ਕਿ ਸ੍ਰਿਸ਼ਟੀ ਚਲਾਉਣ ਵਾਲਾ ਪ੍ਰਭੂ ਆਪ ਹੀ ਬੈਠਾ ਹੈ। ਕਦੋਂ ਸ਼ੁਰੂਆਤ ਕੀਤੀ ਸੀ ਤੁਸੀਂ? ਮੇਰੀ 2013 'ਚ ਸ਼ੁਰੂਆਤ ਹੋਈ ਸੀ ਜੀ, ਅਤੇ 2013 ਤੋਂ ਲੈ ਕੇ ਅੱਜ 2023 ਹੋ ਗਏ, ਅਤੇ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਜਿੱਥੇ ਪ੍ਰਭੂ ਨੇ ਨਹੀਂ ਆਪਣਾ ਬੁਲਾਇਆ ਹੋਵੇ, ਉੱਥੇ ਨਹੀਂ ਸ਼ਿੰਗਾਰ ਕਰਾਇਆ ਹੋਵੇ, ਕੋਈ ਐਸੀ ਜਗ੍ਹਾ ਹੈ ਹੀ ਨਹੀਂ। ਬਾਬਾ ਉੱਥੇ ਬੁਲਾਉਂਦਾ ਹੈ ਜਿੱਥੇ ਕੋਈ ਕਹਿੰਦਾ ਮਤਲਬ ਬਹੁਤ ਪ੍ਰਾਚੀਨ, ਜਿੱਥੇ ਸਵੈਂਭੂ ਸ਼ੰਕਰ ਜੀ ਵਿਰਾਜਮਾਨ ਹੈ, ਜਿੱਦਾਂ ਕਹਿੰਦੇ ਹੈ ਇਹ ਪ੍ਰਗਟ ਹੋਏ, ਖੁਦ ਪ੍ਰਗਟ ਹੋਏ ਜੀ, ਕਾਫੀ ਪ੍ਰਾਚੀਨ ਸਾਲਾਂ ਤੋਂ ਪ੍ਰਾਚੀਨ ਜਗ੍ਹਾ ਹੈਗੀ ਹੈ, ਉੱਦਾਂ ਦਾ ਸਿਸਟਮ ਹੋਇਆ ਕਿ ਪ੍ਰਭੂ ਨੇ ਆਪਣੇ ਆਪ ਹੀ ਬੁਲਾਉਂਦਾ, ਆਪਣੇ ਆਪ ਹੀ ਸ਼ਿੰਗਾਰ ਕਰਾਉਂਦਾ। ਹੁਣ ਪਿੱਛੇ 2 ਸਾਲ ਪਹਿਲੇ ਲੋਕਡਾਊਨ ਦੇ ਵਿੱਚ ਪ੍ਰਭੂ ਨੇ ਮਨੀਮੇਜ ਬੁਲਾਇਆ ਜੀ, ਮਨੀਮੇਜ ਦੇ ਵਿੱਚ ਕਲਾਸ਼, ਪ੍ਰਭੂ ਦੇ ਕਹਿੰਦੇ 5 ਕਲਾਸ਼ ਹੈ, 5 ਕਲਾਸ਼ਾਂ 'ਚੋਂ ਇੱਕ ਮਨੀਮੇਸ਼ ਕਿ ਕਲਾਸ਼ ਹੈ ਜਿੱਥੇ ਮਨੀ ਦਰਸ਼ਨ ਹੁੰਦੇ ਆ, ਜਿਹੜੇ ਰਾਵਣ ਨੇ ਜਿਹੜੇ ਕਲਾਸ਼ ਚੱਕਣ ਦੀ ਜੇ ਚੱਕਿਆ ਸੀ ਕਲਾਸ਼, ਉਹੀ ਕਲਾਸ਼ ਹੈ,
ਜਿਹੜਾ ਕਹਿੰਦਾ ਮਣੀਮੇਸ਼ ਹੈ, ਉੱਥੇ ਪ੍ਰਭੂ ਨੇ, ਉੱਥੇ ਸ਼ਿਵਲਿੰਗ ਬਿਰਾਜਮਾਨ ਹੈ ਪ੍ਰਭੂ ਦੇ ਨੀਚੇ, ਅਤੇ ਪ੍ਰਭੂ ਨੇ ਉੱਥੇ ਵੀ ਆਪਣਾ ਸ਼ਿੰਗਾਰ ਦੀ ਸੇਵਾ ਬਖਸ਼ੀ। ਦੇਖੋ ਮੈਂ ਇੱਕ ਬਿਜ਼ਨਸਮੈਨ ਹਾਂ, ਠੀਕ ਹੈ, ਮੈਂ ਆਪਣੀ ਬਿਜ਼ਨਸ ਜਿਹੜਾ ਬਿਜ਼ਨਸ ਆਪਣੇ ਪਰਿਵਾਰ ਪਾਲਣ ਲਈ ਕਰ ਰਿਹਾ, ਠੀਕ ਹੈ ਜੀ, ਜਿਹੜੀ ਇਹ ਸੇਵਾ ਹੈਗੀ ਹੈ, ਇਹ ਸੇਵਾ ਪ੍ਰਭੂ ਦੇ ਚਰਨਾਂ 'ਚ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਦੁਨੀਆ ਚੜ੍ਹਾਉਂਦੀ ਹੈ ਬੇਲ ਪੱਤਰ, ਜਲ ਚੜ੍ਹਾਉਂਦੀ ਹੈ, ਕੋਈ ਕੁਛ ਚੜ੍ਹਾਉਂਦੀ ਹੈ, ਕੋਈ ਕੁਛ ਚੜ੍ਹਾਉਂਦੀ ਹੈ ਆਪਣੀ ਸ਼ਰਧਾ ਦੇ ਅਨੁਸਾਰ, ਮਗਰ ਮੇਰੇ ਕੋਲ ਮੈਂ ਕੋਈ ਨਾ ਜਲ ਚੜ੍ਹਾਉਂਦਾ, ਨਾ ਕੋਈ ਬੇਲ ਪੱਤਰ ਚੜ੍ਹਾਉਂਦਾ, ਨਾ ਕੁਛ ਵੀ ਚੜ੍ਹਾਉਂਦਾ, ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕਰ ਦਿੱਤਾ ਹੈ। ਅਤੇ ਹੁਣ ਪ੍ਰਭੂ ਨੂੰ ਮਰਜ਼ੀ ਹੈ, ਪ੍ਰਭੂ ਮੇਰੇ ਤੋਂ ਜੋ ਮਰਜ਼ੀ ਸੇਵਾ ਲੈ ਸਕਦਾ, ਕਿਉਂ ਮੈਂ ਪ੍ਰਭੂ ਦਾ ਸਮਝੇ, ਜੋ ਆਪਾਂ ਪ੍ਰਭੂ ਨੂੰ ਆਪਣੇ ਆਪ ਨੂੰ ਨਿਰਭਰ ਕਰਤਾ, ਜੋ ਪ੍ਰਭੂ ਨੇ ਆਪਣੇ ਆਪ ਨੂੰ ਦੇ ਦਿੱਤਾ, ਅਤੇ ਹੁਣ ਪ੍ਰਭੂ ਜਾਣੇ ਪ੍ਰਭੂ ਮੇਰੇ ਤੋਂ ਕੀ ਕਰਾਉਣਾ ਚਾਹੁੰਦੇ ਹੈ। ਜਦਾਂ ਤੁਸੀਂ 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 ਜੋ ਚੜ੍ਹਾਉਂਗੇ ਉਹ ਤੁਸੀਂ ਆਪਣੇ ਹੱਥੋਂ ਨਾ ਚੜ੍ਹਾਉਂਗੇ, ਜੇ ਤੁਸੀਂ ਆਪ ਹੀ ਚੜ੍ਹ ਗਏ ਹੋ, ਜੋ ਪ੍ਰਭੂ ਨੂੰ ਆਪ ਹੀ ਅਰਪਿਤ ਕਰਤਾ ਆਪਣੇ ਆਪ ਨੂੰ, ਅਤੇ ਹੁਣ ਉਹ ਪ੍ਰਭੂ ਜਾਣੂਗਾ, ਪ੍ਰਭੂ ਜਾਣੂਗਾ ਕਿ ਤੁਹਾਡੇ ਤੋਂ ਕੀ ਕੰਮ ਲੈਣਾ, ਕੀ ਕਰਾਉਣਾ, ਤੁਹਾਨੂੰ ਕਿਸ ਕੰਮ 'ਚ ਲਾਉਣਾ, ਚੰਗੇ 'ਚ ਲਾਉਣਾ, ਮਾੜੇ 'ਚ ਲਾਉਣਾ। ਹੁਣ ਜੋ ਪ੍ਰਭੂ ਨੇ ਧੁਨੇ 'ਤੇ ਬਿਠਾਇਆ, ਜੋ ਮੈਂ ਪ੍ਰਭੂ ਨੂੰ ਆਪਣੇ ਆਪ ਨੂੰ ਅਰਪਿਤ ਕੀਤਾ ਹੋਇਆ, ਅਤੇ ਪ੍ਰਭੂ ਨੂੰ ਤਦੀ ਬਿਠਾਇਆ, ਤਾਂ ਕਹਿੰਦੇ ਚੁਣੂਗਾ ਤਾਂ ਆਪਣੇ 'ਚ ਵੀ ਜਾਂ ਆਪਣਾ ਕੋਈ ਹੋਊਗਾ। ਅੱਛਾ, ਕਿੰਨੀ ਕੁ ਖੁਸ਼ੀ ਹੁੰਦੀ ਹੈ ਇਹ ਸੇਵਾ ਕਰਕੇ? ਮੈਨੂੰ ਮੈਂ ਤੁਹਾਨੂੰ ਜ਼ਾਹਿਰ ਨਹੀਂ ਕਰ ਸਕਦਾ ਕਿ ਪ੍ਰਭੂ ਨੇ ਮੇਰੇ 'ਤੇ ਜਿਹੜੀ ਕਿਰਪਾ ਕੀਤੀ ਹੈ, ਜੇ ਪ੍ਰਭੂ ਨੂੰ ਮੈਂ ਕਹਿਣਾ ਪ੍ਰਭੂ ਮੈਂ ਬੜਾ ਕਿਸਮਤ ਵਾਲਾ, ਮੈਂ ਪਤਾ ਨਹੀਂ ਕਿਹੜੇ ਪੁੰਨਿਆ ਕਰਮ ਕੀਤੇ ਹੋਣੇ ਜਿਹੜੇ ਤੁਸੀਂ ਮੈਨੂੰ ਆਪਣੇ ਚੰਨਾਂ 'ਚ ਲਾ ਲਿਆ, ਉਹ ਦੁਨੀਆ ਦੇ ਭਲੇ 'ਚ ਮੈਨੂੰ ਬਿਠਾ ਲਿਆ, ਦੁਨੀਆ ਦਾ ਭਲਾ ਹੋ ਰਿਹਾ। ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਕੋਈ ਆ ਰਿਹਾ, ਅਤੇ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਮੈਨੂੰ ਬਾਬਾ ਕਹੋ, ਮੈਨੂੰ ਕਹਿੰਦਾ ਮਤਲਬ ਕੋਈ ਪੰਡਿਤ ਕਹੋ ਜਾਂ ਕਹਿੰਦਾ ਜੋਤਿਸ਼ ਕਹੋ, ਕਿਉਂਕਿ ਮੈਂ ਨਾ ਜੋਤਿਸ਼ ਹਾਂ ਨਾ ਪੰਡਿਤ ਨਾ ਕੁਛ ਹੈ, ਇਹ ਸਿਰਫ ਮਹਾਂਕਾਲ ਬਾਬਾ ਦਾ ਨੰਦੀ ਹਾਂ, ਕੈਲਾਸ਼ਪੁਰੀ ਮਹਾਂਕਾਲ ਬਾਬਾ ਜੀ ਹੈ, ਉਹਨਾਂ ਦੇ ਹੀ ਕਹਿੰਦਾ ਉਹਨਾਂ ਦੇ ਹੀ ਆਦੇਸ਼ ਅਨੁਸਾਰ ਹੀ ਸਾਰਾ ਕੁਛ ਹੋ ਰਿਹਾ। ਅੱਛਾ ਨੰਦੀ ਜੀ, ਇੱਕ ਤੁਹਾਡੀ ਇੱਕ ਅਲੱਗ ਹੀ ਪਹਿਚਾਣ ਬਣ ਗਈ ਹੈ, ਤੁਹਾਡਾ ਕਿਰਦਾਰ ਇੱਕ ਅਲੱਗ ਹੀ ਹੋ ਗਿਆ, ਇਸ ਚੀਜ਼ ਨੂੰ ਦੇਖ ਕੇ ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ? ਮੈਂ ਆਪਣੇ ਨੂੰ ਬਹੁਤ ਗਰਵ ਫੀਲ ਕਰਦਾ ਕਿ ਇਹਦਾ, ਦੇਖੋ ਦੁਨੀਆ ਦੀ ਪਹਿਚਾਣ ਹੁੰਦੀ ਹੈ ਜਾਂ ਬਿਜ਼ਨਸ 'ਚ ਹੁੰਦੀ ਹੈ, ਰਾਜਨੀਤਿਕ 'ਚ ਹੁੰਦੀ ਹੈ ਜਾਂ ਕਿਸੇ ਦੀ ਕੁਛ ਹੁੰਦੀ ਹੈ, ਸਮਾਜ ਸੇਵਕ ਜਾਂ ਕੁਛ ਹੈ ਵੀ, ਮੈਨੂੰ ਭੋਲੇਨਾਥ ਦੇ ਨਾਮ ਤੋਂ ਹੀ ਦੁਨੀਆ ਜਾਣਦੀ ਹੈ, ਪੁਕਾਰਦੀ ਹੈ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪ੍ਰਭੂ ਇੱਦਾਂ ਹੀ ਪਹਿਚਾਣ ਬਣਾਈ ਰੱਖੀ, ਕਈ ਜਨਮਾਂ ਤੱਕ ਇੱਧਰ ਕਈ ਜਨਮਾਂ ਤੱਕ ਆਪਣਾ ਦਾਸ ਬਣਾਈ ਰੱਖੀ ਜੀ। ਕਹਿੰਦੇ ਜਨਮ ਹੋਵੇ ਨਾ ਹੋਵੇ ਤੇਰੇ ਚੰਨਾਂ 'ਚ ਰਵਾਂ, ਕਹਿੰਦੇ ਭਾਵੇਂ ਕਹਿੰਦੇ ਦੁਨੀਆ ਨੂੰ ਦਿਖਾ ਨਾ ਦਿਖਾਂ, ਤੇਰੇ ਚੰਨਾਂ 'ਚ ਹਰ ਸਮੇਂ ਹੋਵਾਂ ਜੀ।